ਜ਼ਿਲ੍ਹਾ ਮੋਗਾ ਦੇ ਅਧੀਨ ਪੈਂਦੇ ਪਿੰਡ ਖੋਸੇ ਪਾਂਡੋ ਵਿਖੇ ਸਥਿਤ ਬਾਬੇ ਸ਼ਹੀਦਾਂ ਗੁਰਦੁਆਰਾ ਸਾਹਿਬ ਵਿੱਚ ਅਸੂਲ ਮੰਚ ਪੰਜਾਬ ਅਤੇ ਜੈ ਪੰਜਾਬ ਫੋਰਮ ਵੱਲੋਂ ਇੱਕ ਗੈਰ ਰਾਜਨੀਤਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਢਹਿ ਢੇਰੀ ਹੋ ਚੁੱਕੇ ਆਰਥਿਕ ਢਾਂਚੇ ਸੰਬੰਧੀ, ਪੰਜਾਬ ਅਤੇ ਪੰਜਾਬੀਅਤ ਦਾ ਦਰਦ ਵੰਡਾ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ NGOs, ਸੰਤਾਂ ਮਹਾਂਪੁਰਖਾਂ, ਬੁੱਧੀਜੀਵੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਸੰਬੰਧੀ ਨਿਊਜ਼ ਟਾਈਮ ਪੰਜਾਬ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਅਸੂਲ ਮੰਚ ਪੰਜਾਬ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਲ ਨੇ ਦੱਸਿਆ ਕਿ ਮਿਤੀ 27 ਅਤੇ 28 ਜੁਲਾਈ ਨੂੰ ਗੁਰਦੁਆਰਾ ਬਾਬੇ ਸ਼ਹੀਦਾਂ ਪਿੰਡ ਖੋਸਾ ਪਾਂਡੋ ਵਿੱਚ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੂਰੇ ਸੂਬੇ ਭਰ ਦੀਆਂ ਗੈਰ ਸਰਕਾਰੀ, ਗੈਰ ਰਾਜਨੀਤਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ, NGOs ਤੋਂ ਇਲਾਵਾ ਪੰਜਾਬ ਦੇ ਹਰ ਉਸ ਵਿਅਕਤੀ ਵਿਸ਼ੇਸ਼ ਨੂੰ ਜਿਸ ਦੇ ਦਿਲ ਵਿੱਚ ਅੱਜ ਉੱਜੜ ਚੁੱਕੇ ਪੰਜਾਬ ਲਈ ਹੂਕ ਉੱਠਦੀ ਹੋਵੇ, ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਪੰਜਾਬੀ, ਪੰਜਾਬ, ਪੰਜਾਬੀਅਤ ਅਤੇ ਆਪਣੇ ਵਿਰਸੇ ਨੂੰ ਸਾਂਭਿਆ ਜਾ ਸਕੇ। ਨਿਊਜ਼ ਡੈਸਕ ਤੋਂ ਗੋਪਾਲ ਆਨੰਦ ਦੇ ਨਾਲ ਮੰਗਤ ਰਾਏ, ਨਿਊਜ਼ ਟਾਈਮ ਪੰਜਾਬ, ਮੋਗਾ। ਅੱਜ ਅਸੀਂ ਗਰਾਊਂਡ ਲੈਵਲ 'ਤੇ ਜਿਹੜੀ ਪ੍ਰੋਬਲਮ ਅਸੀਂ ਉਹਨਾਂ ਦੇ ਵਿਊਜ਼ ਲੈਣਾ ਚਾਹੁੰਦੇ ਹਾਂ, ਆਈਡੀਆ ਚਾਹੁੰਦੇ ਹਾਂ, ਉਹ ਸੁਣ ਕੇ ਇੱਕ ਡਾਲਣਾ ਚਾਹੁੰਦੇ ਹਾਂ। ਉਹਨਾਂ ਨੂੰ ਜ਼ਿੰਮੇਵਾਰੀ ਦਾ ਜਿਹੜਾ ਸਮਾਗਮ ਹੈ ਇੱਥੇ ਜ਼ਿਲ੍ਹਾ ਮੋਗਾ 'ਚ ਪੰਜਾਬ ਦੀ ਇੱਕ ਰੋਡ ਮੈਪ ਉਹਨਾਂ ਲੋਕਾਂ ਦੀ ਗੱਲ ਸੁਣਨਾ ਚਾਹੁੰਦੇ ਹਾਂ ਜਿਹੜੇ ਔਰ ਜਿਹਨਾਂ ਦੀਆਂ ਪ੍ਰੋਬਲਮ ਇਹ ਸੂਬਾ ਪੱਧਰੀ ਸਮਾਗਮ ਹੋਏਗਾ ਜਾਂ ਜ਼ਿਲ੍ਹਾ ਪੱਧਰੀ ਸਮਾਗਮ ਰੱਖਿਆ ਗਿਆ? ਠੀਕ ਹੈ। 27 ਜੁਲਾਈ ਨੂੰ ਇੱਕ ਕਨਵੈਨਸ਼ਨ ਕਰ ਕਰਨਾ ਲੋੜੀ ਪੰਜਾਬ ਅੱਜ ਹੱਥ 'ਚ ਫੜੀ ਉਕੜੀ ਵਾਂਗ ਖੁੱਲਦਾ ਜਾ ਰਿਹਾ ਹੈ। ਇੱਥੋਂ ਦਾ ਹਵਾ ਪਾਣੀ ਮਿੱਟੀ ਪਲੀਤ ਹੋ ਗਏ, ਬੇਰੁਜ਼ਗਾਰੀ ਜਿਹੜੇ ਸਰਕਾਰੀ ਡਾਕਟਰ ਨੇ ਉਹ ਭ੍ਰਿਸ਼ਟਾਚਾਰ ਦੇ ਅੱਡੇ ਬਣੇ ਹੋਏ ਨੇ ਔਰ ਪੰਜਾਬ ਦਾ ਸੂਬਾ ਜਿਹੜਾ ਪੂਰੀ ਤਰ੍ਹਾਂ ਕਰਜ਼ਾਈ ਹੋ ਚੁੱਕਿਆ। ਇੱਥੋਂ ਦੇ ਲੋਕ, ਕਿਸਾਨ, ਮਜ਼ਦੂਰ, ਦੁਕਾਨਦਾਰ ਸਾਰੇ ਕਰਜ਼ਾਈ ਹੋ ਚੁੱਕੇ ਆ। ਸੋ ਇਸ ਸਥਿਤੀ ਦੇ ਵਿੱਚ ਅੱਜ ਪੰਜਾਬ ਦੇ ਨੌਜਵਾਨ, ਪੰਜਾਬ ਦੇ ਲੋਕ ਵਿਦੇਸ਼ਾਂ ਦੀ ਧਰਤੀ ਵੱਲ ਪ੍ਰਵਾਸ ਕਰ ਰਹੇ ਆ, ਗੁਰਦੁਆਰਿਆਂ 'ਚ ਅਰਦਾਸਾਂ ਹੋ ਰਹੀਆਂ। ਸਾਨੂੰ ਬਾਹਰਲਿਆਂ ਮੁਲਕਾਂ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲ ਜਾਵੇ, ਸਾਡੇ ਇਕੱਠੇ ਹੋ ਜਾਈਏ। ਸੋ ਇਸ ਸਥਿਤੀ ਦੇ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ 27 ਤੇ 28 ਜੁਲਾਈ ਨੂੰ ਜਿਹੜੀ ਕਨਵੈਨਸ਼ਨ ਕਰਨ ਜਾ ਰਹੇ ਹਾਂ, ਅਜਿਹਾ ਕਰਨਾ ਲੋੜੀਏ ਕਿ ਕੀਤਾ ਕੀ ਜਾਏ ਉਹਦੀ ਤਿਆਰੀ ਲਈ, ਉਹਦੀ ਸਫਲਤਾ ਦੇ ਲਈ ਜਿਹੜਾ ਹੈਗਾ ਉਹ ਆਪਾਂ ਅੱਜ ਦਾ ਪ੍ਰੋਗਰਾਮ ਕੀਤਾ ਹੈ। ਔਰ ਉਹ ਪ੍ਰੋਗਰਾਮ ਜੈ ਪੰਜਾਬ ਫੋਰਮ ਜਿਹੜੀ ਕਿ ਸਰਦਾਰਾ ਸਿੰਘ ਜੌਲ ਅਤੇ ਹੋਰ ਬੁੱਧੀਜੀਵੀਆਂ ਵੱਲੋਂ ਗਠਿਤ ਕੀਤੀ ਗਈ ਹੈ, ਅਰੇ ਉਹ ਤੋਂ ਇਲਾਵਾ ਅਸੂਲ ਮੰਚ ਜਿਹੜਾ ਕਿ ਪੰਜਾਬ 'ਚ ਅੰਗਹੀਣਾਂ, ਬਜ਼ੁਰਗਾਂ, ਵਿਧਵਾਵਾਂ ਲਈ ਕੰਮ ਕਰ ਰਿਹਾ ਹੈ,
ਸਾਰਿਆਂ ਵੱਲੋਂ ਰਲ ਕੇ ਇਹ ਸਾਂਝਾ ਉਪਰਾਲਾ ਕੀਤਾ ਜਾ ਰਿਹਾ ਹੈ। ਸੋ ਅੱਜ ਇਹ ਕਿਸੇ ਵਿਸ਼ੇਸ਼ ਵਿਅਕਤੀ ਵੱਲੋਂ ਨਹੀਂ ਬਲਕਿ ਅਲੱਗ ਅਲੱਗ ਸੰਸਥਾਵਾਂ ਅਲੱਗ ਅਲੱਗ NGO ਦੇ ਜਿਹੜੇ ਮੁਖੀ ਨੇ ਅੱਜ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਨੇ ਤਾਂ ਕਿ ਇਸ ਆਉਣ ਵਾਲਾ ਜਿਹੜਾ 27-28 ਜੁਲਾਈ ਦਾ ਪ੍ਰੋਗਰਾਮ ਹੈ ਅਜਿਹਾ ਕਰਨਾ ਲੋੜੀਏ, ਉਹਨੂੰ ਕਾਮਯਾਬ ਕਰ ਸਕੀਏ। ਮੈਂ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਵੀ ਕਰਦਾ ਕਿ ਤੁਸੀਂ ਵੀ ਸਾਰੇ ਜਾਣੇ ਉਸ ਪ੍ਰੋਗਰਾਮ ਦੇ ਵਿੱਚ ਉਹ ਲੋਕ ਜਿਹੜੇ ਕੁਛ ਨਾ ਕੁਛ ਪੰਜਾਬ ਲਈ ਕਰ ਰਹੇ ਹੋ, ਜਿਨ੍ਹਾਂ ਦੇ ਦਿਲ 'ਚੋਂ ਪੰਜਾਬ ਲਈ ਰੂਹ ਉੱਠ ਰਹੀ ਹੈ, ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਆਪਣੇ ਵਿਚਾਰ ਦੇਣ, ਤਾਂ ਕਿ ਆਪਾਂ ਕੋਈ ਸਾਂਝਾ ਉਪਰਾਲਾ ਸਾਂਝਾ ਪਿੜ ਬਣ ਸਕੀਏ ਕਿ ਪੰਜਾਬ ਨੂੰ ਬਰਬਾਦੀ ਤੋਂ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਧੰਨਵਾਦ ਕਰਦਾ।